ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਆਈ ਹਾਂ। ਇਹ ਡਿਜ਼ਾਈਨ ਆਪਾਂ ਲੇਡੀਜ਼ ਕੋਟੀ ਜੈਕਟ ਦੇ ਉੱਪਰ, ਬੱਚਿਆਂ ਦੇ ਕੋਟੀ ਜੈਕਟ ਦੇ ਉੱਪਰ ਬਣਾ ਸਕਦੇ ਹਾਂ। ਇਸ ਤਰ੍ਹਾਂ ਦੇਖੋ ਕਿੰਨਾ ਵਧੀਆ ਹੈਗਾ। ਉਲਟੀ ਸਾਈਡ ਇਹਦੀ ਇਸ ਤਰ੍ਹਾਂ, ਇਹ ਡਿਜ਼ਾਈਨ ਬਣਾਉਣ ਲਈ ਜਦੋਂ ਵੀ ਆਪਾਂ ਸਿਲਾਈ ਦੇ ਉੱਪਰ ਕੁੰਡੇ ਪਾਉਣੇ ਨੇ, ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਦੋ ਕੁੰਡੇ ਵੱਧ ਪਾਉਣੇ ਨੇ, ਅਤੇ ਦੋ ਸਿਲਾਈਆਂ ਦਾ ਡਿਜ਼ਾਈਨ ਆ ਜੀ ਇਹ, ਦੋ ਸਿਲਾਈਆਂ ਦੇ ਵਿੱਚ ਹੀ ਕੰਪਲੀਟ ਹੋ ਜਾਂਦਾ। ਮੈਂ ਤੁਹਾਨੂੰ ਬਣਾ ਕੇ ਦੱਸਦੀ ਹਾਂ ਵੀ ਇਹ ਕਿੱਦਾਂ ਬਣਦਾ। ਪਹਿਲੇ ਤਿੰਨ ਕੁੰਡੇ ਸਿੱਧੇ, ਹੁਣ ਆਹ ਤਿੰਨ ਕੁੰਡਿਆਂ ਦਾ ਆਪਾਂ ਇੱਕ ਕਰਨਾ, ਪਰ ਧਾਗਾ ਆਪਾਂ ਪਿੱਛੇ ਰੱਖਾਂਗੇ ਕਿਉਂਕਿ ਇੱਥੇ ਆਪਾਂ ਗਲੀ ਬਣਾਉਣੀ ਆ। ਇਹ ਇੱਦਾਂ ਐਂ ਮੋਰ ਦੀ, ਹੁਣ ਫਿਰ ਤਿੰਨ ਕੁੰਡੇ ਸਿੱਧੇ, ਇੱਕ ਗਲੀ ਆਪਾਂ ਇੱਥੇ ਬਣਾ ਲਾਂਗੇ। ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਫਿਰ ਬਣ ਗਏ ਇੱਥੇ, ਦੋ ਤਿੰਨ। ਹੁਣ ਆ ਗਏ ਆਪਾਂ ਦੂਜੀ ਸਿਲਾਈ 'ਤੇ, ਉਲਟੀ ਸਾਈਡ ਇਹ ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ। ਹੁਣ ਸਿੱਧੇ ਪਾਸੇ, ਹੁਣ ਇੱਥੇ ਆਪਾਂ ਡਿਜ਼ਾਈਨ ਚੇਂਜ ਕਰਾਂਗੇ। ਪਹਿਲਾਂ ਆਪਾਂ ਤਿੰਨ ਕੁੰਡੇ ਸਿੱਧੇ ਬਣਾਏ ਸੀ, ਹੁਣ ਆਪਾਂ ਇਹ ਵਾਲੇ ਤਿੰਨ ਕੁੰਡਿਆਂ ਦਾ ਇੱਕ ਕਰਾਂਗੇ। ਇਸ ਤਰ੍ਹਾਂ ਧਾਗਾ ਪਿੱਛੇ ਹੀ ਰੱਖਾਂਗੇ। ਹੁਣ ਜਿਹੜੇ ਤਿੰਨ ਕੁੰਡੇ ਆਪਾਂ ਪਹਿਲਾਂ ਤਿੰਨਾਂ ਦਾ ਇੱਕ ਕੀਤਾ ਸੀਗਾ, ਉਹ ਹੁਣ ਤਿੰਨ ਆਪਾਂ ਸਿੱਧੇ ਬਣਾਵਾਂਗੇ, ਇੱਕ ਦੋ ਤਿੰਨ। ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਆ ਪਰ ਸੋਹਣਾ ਬਹੁਤ ਲੱਗਦਾ ਜੀ। ਇਸ ਤਰ੍ਹਾਂ ਦੇਖੋ ਇਹ ਆਪਾਂ ਦੋ ਦੋ ਸਿਲਾਈਆਂ ਰਿਪੀਟ ਕਰੀ ਚੱਲਾਂਗੇ।
ਅਤੇ ਇੱਕ ਸ਼ਾਨਦਾਰ ਡਿਜ਼ਾਇਨ ਬਣ ਕੇ ਤਿਆਰ ਹੋਊਗਾ। ਦੇਖੋ ਕਿੰਨਾ ਵਧੀਆ ਲੱਗਦਾ। ਜੇ ਤੁਹਾਨੂੰ ਮੇਰਾ ਡਿਜ਼ਾਇਨ ਪਸੰਦ ਆਇਆ ਤਾਂ ਮੇਰੇ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ। ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਧੰਨਵਾਦ।